ਪਰ ਮਰੇ ਮੈਨੂੰ ਲੱਗਦਾ ਤੂੰ ਰੋਜ਼ਾ ਰੱਖਿਆ ਡੀ ਫਸ ਫਸ ਕੇ ਬੋਲਨੀ ਵੀ ਇਹਨੂੰ ਤੇਲ ਲਾਓ ਥੋੜਾ ਜਿਹਾ ਐਦਾਂ ਖੁੱਲ ਕੇ ਬੋਲੇ ਤੈਨੂੰ ਅੱਜ ਜ਼ਿਆਦਾ ਲੱਗ ਗਿਆ ਨਾ ਤੇਰੀ ਬਹੁਤੀ ਜ਼ੁਬਾਨ ਚੱਲ ਰਹੀ ਚੱਲ ਦੱਸ ਚਲੋ ਇਹ ਗੰਦੀ ਗੱਲ ਦੱਸ ਦਿਓ ਜਿਹੜੀ ਤੁਹਾਡੇ ਜ਼ਿਹਨ 'ਚ ਫਟਾਫਟ ਆ ਰਹੀ ਹੈ ਯਾਰ ਤੂੰ ਸਾਹਮਣੇ ਖਲੋਤੀ ਗੰਦੀ ਐਸ ਤੋਂ ਹੋਰ ਕੀ ਆਵੇ ਤੁਸੀਂ ਮੈਨੂੰ ਗੰਦੀ ਕਹਿ ਰਹੇ ਹੋ ਤੇ ਮੈਂ ਤੈਨੂੰ ਚੰਗੀ ਕਿਤੋਂ ਕਿਹਾ ਤੁਹਾਡਾ ਮੂੰਹ ਏਦਾਂ ਦਾ ਹੈ ਜਿਵੇਂ ਤੁਹਾਨੂੰ ਨੂੰ ਮੁੱਛਾਂ ਲੱਗੀਆਂ ਹੁੰਦੀਆਂ ਲੈ ਤੁਸੀਂ ਵੀ ਵੇਖੋ ਮਾਸ਼ਾਅੱਲਾ ਨਾਨ ਵਾਲੀ ਫੱਟੀ ਹੁੰਦੀ ਜਿਵੇਂ ਨਾ ਸੰਗੜੇ ਹੋ ਸਵਾਲ ਪੁੱਛਣੇ ਤੁਹਾਡੇ ਕੋਲ ਲੋਕੀ ਸਾਡੇ ਕੋਲ ਡਰ ਗਏ ਨੇ ਤੂੰ ਹਰ ਵਾਰੀ ਨਾ ਮਰੇ ਕੋਈ ਚਵਲ ਹੀ ਮਾਰਨੀ ਹੁੰਦੀ ਮੇਰੀ ਜਾਨ ਛੱਡ ਦੇ ਪਿਛਲੇ ਸ਼ੋਅ ਤੇ ਕਹਿੰਦੀ ਵੀ ਸੀ ਮੈਂ ਤੇਰੇ ਪਿੱਛੇ ਬਲੇਡ ਮਾਰ ਲਾਂਗੀ ਤੂੰ ਦੋ ਮਾਰੇ ਨੇ ਮੇਰੇ ਆਵੇ ਐਲੇ ਮੈਨੂੰ ਕਿਹਾ ਹਾਂ ਮੈਂ ਤੁਹਾਨੂੰ ਦੇਣ ਆਈ ਆ ਇੰਟਰਵਿਊ ਨਾਜ਼ਰੀਨ ਮੈਂ ਠੀਕ ਤੂੰ ਸੁਣਾ ਮੈਂ ਬਿਲਕੁਲ ਫਿੱਟ ਫਾੜ ਵਾ ਤੇਰਾ ਹੀ ਖਿਆਲ ਹੈ ਮੈਂ ਤੇਰੀ ਅੰਮੀ ਲੱਗਦੀ ਆ ਮੇਰਾ ਖਿਆਲ ਰੱਖੀ ਫਿਰਨਾ ਐ ਵੇਖੋ ਨਾਜ਼ਰੀਨ ਜਿਵੇਂ ਗਟਰ ਚ ਵਾਸ ਮਾਰਿਆ ਹੁੰਦਾ ਹੈ ਇਹ ਚ ਵਾਸ ਮਾਰਿਆ ਹੁੰਦਾ ਹੈ ਇਹ ਚ ਵਾਸ ਮਾਰਿਆ ਹੁੰਦਾ ਹੈ ਇਹ ਚ ਵਾਸ ਮਾਰਿਆ ਹੁੰਦਾ ਹੈ ਹੈ ਇਹ ਕਬਰਸਤਾਨ ਜਾਂਦੀ ਏ ਤੇ ਮੁਰਦੇ ਦੀ ਉਂਗਲ ਬਾਹਰ ਹੋਈ ਹੁੰਦੀ ਤੇ ਉਹਨੂੰ ਕਹਿੰਦੀ ਏ ਉਂਗਲ ਫੜ ਕੇ ਆ ਚੀਜ਼ੀ ਲੈਣ ਚਲੀਏ ਅਸਲਾਮ ਅਲੈਕੁਮ ਨਾਜ਼ਰੀਨ ਤੁਸੀਂ ਵੇਖ ਰਹੇ ਹੋ 50 ਟੀਵੀ ਮੈਂ ਤੁਹਾਡੀ ਹੋਸਟ ਮਾਨੋ ਬਿੱਲੀ ਅੱਜ ਅਸੀਂ ਇੱਥੇ ਲਬਾਠੀ 'ਚ ਮੌਜੂਦ ਹਾਂ ਲੋਕਾਂ ਕੋਲੋਂ ਬੜੇ ਮਜ਼ੇ ਮਜ਼ੇ ਦੇ ਸਵਾਲ ਪੁੱਛਾਂਗੇ ਅੱਜ ਦਾ ਸਾਡਾ ਸਵਾਲ ਹੈ ਕਿ ਉਹ ਕਿਹੜੀ ਜਗ੍ਹਾ ਜਿੱਥੇ ਤੁਹਾਡੇ ਇਲਾਵਾ ਸਾਰੇ ਬਹਿ ਸਕਦੇ ਨੇ ਤੁਸੀਂ ਕਮੈਂਟ 'ਚ ਦੱਸੋ ਤੇ ਲੋਕਾਂ ਕੋਲੋਂ ਪੁੱਛਣੇ ਆ ਕੀ ਹਾਲ ਹੈ ਤੁਹਾਡਾ ਸ਼ੁਕਰ ਅੱਲਾ ਦਾ ਨਾ ਕੀ ਤੁਹਾਡਾ ਜਮਸ਼ੇਦ ਅਲੀ ਵੇਖੇ ਵੇਖੇ ਲੱਗ ਰਹੀ ਸੀ ਤਾਂ ਪੁੱਛਿਆ ਅੱਛਾ ਤੁਹਾਡੇ ਸ਼ੁਕਰ ਹੈ ਮਾਲਕ ਦਾ ਮੈਨੂੰ ਨਹੀਂ ਪਤਾ ਸੀ ਪਾਕਿਸਤਾਨੀ ਸ਼ੋਅ ਯੁਗਾਂਡਾ 'ਚ ਵੀ ਵੇਖੇ ਜਾਂਦੇ ਨੇ ਯਾਨੀ ਕਿ ਯੂ ਮੈਂ ਜੀ ਯੂ ਓ ਯਾ ਇਹ ਗਲਤ ਬਾਤ ਕਰਦੀ ਹੈ ਆਪਨੇ ਮੈਨੂੰ ਗਾਲੀ ਦੇ ਦਿੱਤੀ ਹੈ ਸ਼ੋਅ ਮੇ ਲਾਈਵ ਮੈਂ ਤੁਹਾਨੂੰ ਕਿਹਾ ਯੂ ਗਾਂਡਾ ਮਤਲਬ ਤੁਸੀਂ ਦੇਖੋ ਕਿਤਨੀ ਬੁਰੀ ਬਾਤ ਹੈ ਤੇਰਾ ਜ਼ੇਨ ਹੀ ਗੰਦਾ ਮੈਂ ਗੱਲ ਠੀਕ ਕੀਤੀ ਆ ਮਰੇ ਮਰੇ ਤੂੰ ਵੀ ਤਾਂ ਵਾਲ ਪਿੱਛੇ ਕਰ ਮੇਰੀ ਵੀ ਤਾਂ ਸੁਣ ਕੁਛ ਮੈਂ ਕੀ ਭੌਂਕ ਰਿਹਾ ਹਾਂ ਮੈਂ ਤੈਨੂੰ ਕਿਹੜਾ ਰੋਕਿਆ ਭੌਂਕ ਭੌਂਕ ਜਿੰਨਾ ਮਰਜ਼ੀ ਭੌਂਕ ਦਿਲ ਖੋਲ ਕੇ ਭੌਂਕ ਤੇ ਮਰੇ ਕਿੰਨੀ ਮੁਸ਼ਕਿਲ ਨਾਲ ਲਫ਼ਜ਼ ਕਹਿ ਰਹੀ ਹੈ ਏਡੀ ਜੀ ਕਹਿੰਦੇ ਖਿੱਚ ਖਿੱਚ ਕੇ ਨਫ਼ਜ਼ ਦੇ ਅੰਦਰੋਂ ਨਿਕਲ ਰਹੇ ਨੇ ਭੌਂਕ ਭੌਂਕ ਇਹ ਕੀ ਗੱਲ ਹੋਈ ਚੱਲ ਬਸ ਕਰ ਬੈਂਗਣ ਦੇ ਭਰਤੇ ਵਰਗਾ ਤੇਰਾ ਤੇਰੇ ਵਰਗਾ ਤਾਂ ਸੁੰਘ ਕੇ ਦੱਸ ਦਿੰਦਾ ਗਟਰ ਕਿੱਥੋਂ ਫਸਿਆ ਹੋਇਆ ਚੱਲ ਗਟਰੀ ਕੀੜੇ ਬਕਵਾਸ ਨਾ ਕਰ ਬਹੁਤੀ ਸਵਾਲ ਦਾ ਜਵਾਬ ਦੱਸ ਪੁੱਛੇਗੀ ਤੇ ਦੱਸਾਂ ਚੱਲ ਮੈਂ ਤੇਰੇ ਕੋਲ ਪੁੱਛ ਰਹੀ ਹਾਂ ਹੁਣ ਤੂੰ ਆਪਣੀ ਬਕਵਾਸ ਬੰਦ ਰੱਖਣੀ ਤੇ ਬਹੁਤਾ ਭੌਂਕਣਾ ਨਹੀਂ ਮੈਂ ਤੁਹਾਡੇ ਕੋਲ ਸਵਾਲ ਪੁੱਛਣਾ ਹੈ ਕਿ ਉਹ ਕਿਹੜੀ ਥਾਂ ਹੈ ਜਿੱਥੇ ਤੁਹਾਡੇ ਇਲਾਵਾ ਸਾਰੇ ਬਹਿ ਸਕਦੇ ਹੋ ਇਹ ਤੁਸੀਂ ਆ ਕੇ ਦੇ ਦਿਓ ਇਧਰੋਂ ਆਇਓ 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 ਮੈਂ ਨਹੀਂ ਦੇ ਸਕਦਾ ਇਹ ਭਾਜੀ ਮੈਨੂੰ ਤੇ ਕਰੀਨਾ ਕਪੂਰ ਹੀ ਲੱਗਦੀ ਹੈ ਕੀ ਤੇਰਾ ਕਰੀਨਾ ਕਪੂਰ ਤੇ ਗੋਡੇ ਵਰਗਾ ਮੂੰਹ ਹੈ ਕੋਈ ਚੱਜ ਦਾ ਮੈਨੂੰ ਤੇ ਕਬਰਸਤਾਨ ਹੀ ਲੱਗਦਾ ਹੈ ਤੇ ਜਾਂ ਵਾਸ਼ਰੂਮ ਤੈਨੂੰ ਤੇ ਦਫਨਾਨਾ ਲੈ ਹੁਣ ਜਾ ਕੇ ਜਿਹੜੀਆਂ ਤੂੰ ਗੱਲਾਂ ਕਰ ਰਿਹਾ ਹੁਣ ਛੇਤੀ ਛੇਤੀ ਦੱਸ ਦੇ ਸਹੀ ਮਰੇ ਮੈਨੂੰ ਤਾਂ ਲੱਗਦਾ ਤੂੰ ਰੋਜ਼ਾ ਰੱਖਿਆ ਡੀ ਫਸ ਫਸ ਕੇ ਬੋਲਨੀ ਵੀ ਇਹਨੂੰ ਤੇਲ ਲਾਓ ਥੋੜਾ ਜਿਹਾ ਐਦਾਂ ਖੁੱਲ ਕੇ ਬੋਲੇ ਤੈਨੂੰ ਅੱਜ ਜ਼ਿਆਦਾ ਲੱਗ ਗਿਆ ਨਾ ਤੇਰੀ ਬਹੁਤੀ ਜ਼ੁਬਾਨ ਚੱਲ ਰਹੀ ਚੱਲ ਦੱਸ ਹੁਣ ਕਿਹੜੀ ਥਾਂ ਕਿਹੜੀ ਥਾਂ ਹੈ ਥਾਂ ਤਾਂ ਹੁਣ ਮੈਂ ਦੱਸ ਦੇਵਾਂ ਲੇਕਿਨ ਫਿਰ ਹੁਣ ਥਾਂ ਕਿਹੜੀ ਸ਼ੈ ਥਾਂ ਵੈਸੇ ਆਪਣੀ ਜੇ ਸਹੀ ਹੁੰਦੀ ਸਹੀ ਕਹਿ ਰਹੇ ਨੇ ਥਾਂ ਆਪਣੀ ਸਹੀ ਹੁੰਦੀ ਤੇ ਤੇਰੇ ਇਲਾਵਾ ਸਾਰੇ ਬਹਿ ਸਕਦੇ ਨੇ ਤੂੰ ਨਹੀਂ ਬਹਿ ਮੈਂ ਫਿਰ ਉੱਥੇ ਹੋਵਾਂਗਾ ਹੀ ਨਹੀਂ ਫਿਰ ਮੈਂ ਕਿਤੇ ਕੰਮ ਗਿਆ ਹੋਵਾਂਗਾ ਫਿਰ ਉੱਥੇ ਉਹ ਬਹਿ ਤੂੰ ਹਰ ਵਾਰੀ ਨਾ ਮਰੇ ਕੋਈ ਚਵਲ ਹੀ ਮਾਰਨੀ ਹੁੰਦੀ ਮੇਰੀ ਜਾਨ ਛੱਡ ਦੇ ਪਿਛਲੇ ਸ਼ੋਅ ਤੇ ਕਹਿੰਦੀ ਵੀ ਸੀ ਮੈਂ ਤੇਰੇ ਪਿੱਛੇ ਬਲੇਡ ਮਾਰ ਲਾਂਗੀ ਤੂੰ ਦੋ ਮਾਰੇ ਨੇ ਮੇਰੇ ਆਵੇ ਅਸਲ ਐਲੇ ਮੈਨੂੰ ਕਿਹਾ ਸੀ ਝੂਠਾ ਹੈ ਆਪਾਂ ਦਾ ਸ਼ੋਅ ਫਿੱਟ ਹੈ ਉਹ ਤੇਰਾ ਅੱਛਾ ਤੁਹਾਡੇ ਕੋਲ ਇੱਕ ਸਵਾਲ ਪੁੱਛਣਾ ਪੁੱਛ ਲਾਂ ਅਕਲ ਹੋਣੀ ਤੁਹਾਡੇ ਚ ਸ਼ਾਇਦ ਥੋੜੀ ਬਹੁਤ ਹਾਂ ਹੈ ਫੁੱਲ ਟਾਈਮ ਕੰਮ ਕਰ ਰਹੀ ਆ ਅੱਜ ਤੋਂ ਫੁੱਲ ਟਾਈਮ ਭੱਜ ਰਹੀ ਤੇ ਫਿਰ ਇਹਨਾਂ ਨੂੰ ਆਂਦਾ ਹੋਣਾ ਉਹ ਕਿਹੜੀ ਜਗ੍ਹਾ ਜਿੱਥੇ ਤੁਹਾਡੇ ਇਲਾਵਾ ਸਾਰੇ ਬਹਿ ਸਕਦੇ ਉਹ ਕੌਣ ਸੀ ਜਗ੍ਹਾ ਹੈ ਜਹਾਂ ਮੇਰੇ ਇਲਾਵਾ ਸਾਰੇ ਬੈਠੇ ਐਕਸਕਿਊਜ਼ ਮੀ ਜ਼ਰਾ ਪੰਜਾਬੀ ਚ ਗੱਲ ਕਰ ਆ ਅੱਛਾ ਉਹ ਕਿਹੜੀ ਜਗ੍ਹਾ ਹੈ ਜਿੱਥੇ ਮੇਰੇ ਇਲਾਵਾ ਸਭ ਬਹਿ ਸਕਦੇ ਨੇ ਐਨਾ ਸੋਚ ਰਹੇ ਤੁਹਾਡੀ ਤਾਂ ਕੱਲ ਭੱਜ ਰਹੀ ਸੀ ਨਵਾਜ਼ ਸ਼ਰੀਫ ਕੀ ਗੋਦ ਨਹੀਂ ਮੀਰਾ ਕਾ ਬੈਡਰੂਮ ਪਸੰਦ ਹੈ ਨਾ ਇਸ ਲਈ ਵਹਾਂ ਮੈਂ ਨਹੀਂ ਜਾ ਸਕਤਾ ਵੋ ਬਾਕੀ ਸਭ ਕੋ ਬੁਲਾਤੀ ਹੈ ਇੰਟਰਵਿਊ ਕੇ ਲੀਏ ਪਬਲਿਕ ਕੋ ਕਿਉਂ ਨਹੀਂ ਬੁਲਾਤੀ ਹਮੇ ਜਿਨਕਾ ਵੋ ਕ੍ਰਸ਼ ਹੈ ਤੁਹਾਨੂੰ ਲੱਗਦਾ ਬਹੁਤ ਸ਼ੌਕ ਹੈ ਉਹਦੇ ਬੈਡਰੂਮ 'ਚ ਜਾਣ ਦਾ ਬਹੁਤ ਜ਼ਿਆਦਾ ਕ੍ਰਸ਼ ਹੈ ਨਾ ਮੇਰਾ ਤੋ ਫੇਵਰੇਟ ਹੈ ਮੇਰੀ ਬਚਪਨ ਸੇ ਬੇਟਾ ਉੱਥੇ ਜਾਏਗਾ ਤੇ ਗੋਲੀ ਹੀ ਵੱਜਣੀ ਨਹੀਂ ਮੈਂ ਦੇਖ ਕੇ ਮਰ ਜਾਊਂਗਾ ਕਾਫੀ ਹੈਲਦੀ ਹੈ ਨਾ ਵੋ ਇਹਨਾਂ ਨੂੰ ਵੀ ਜਵਾਬ ਕੋਈ ਨਹੀਂ ਆਇਆ ਤੇ ਆਪਾਂ ਕਿਸੇ ਹੋਰ ਕੋਲੋਂ ਪੁੱਛਣਾ ਉਹ ਕਿਹੜੀ ਜਗ੍ਹਾ ਹੈ ਜਿੱਥੇ ਤੁਹਾਡੇ ਇਲਾਵਾ ਸਾਰੇ ਬਹਿ ਸਕਦੇ ਮੇਰੇ ਸ਼ੋਲਡਰ ਨਹੀਂ ਤੁਸੀਂ ਸ਼ੋਲਡਰ ਤੇ ਲੋਕਾਂ ਨੂੰ ਬਿਠਾਉਂਦੇ ਹੋ ਆਲੰਦਾ ਕੋਈ ਨਹੀਂ ਬਹਿ ਸਕਦਾ ਖੁਦ ਵੀ ਬਹਿ ਸਕਦੇ ਲੇਕਿਨ ਮੈਂ ਖੁਦ ਨਹੀਂ ਬਹਿ ਸਕਦਾ ਸ਼ੋਲਡਰਾਂ ਤੇ ਤੁਹਾਡਾ ਮੂੰਹ ਏਦਾਂ ਦਾ ਹੈ ਜਿਵੇਂ ਤੁਹਾਨੂੰ ਨੂੰ ਮੁੱਛਾਂ ਲੱਗੀਆਂ ਹੁੰਦੀਆਂ ਲੈ ਤੁਸੀਂ ਵੀ ਵੇਖੋ ਮਾਸ਼ਾਅੱਲਾ ਨਾਨ ਵਾਲੀ ਫੱਟੀ ਹੁੰਦੀ ਜਿਵੇਂ ਚਲੋ ਮੈਂ ਚਲੋ ਨਾਨ ਵਾਲੀ ਫੱਟੀ ਸਹੀ ਕੰਮ ਦੀ ਸ਼ਾਇਦ ਆ ਤੁਹਾਡੇ ਤਰ੍ਹਾਂ ਤੇ ਨਹੀਂ ਆ ਨਾ ਸੰਗੜੇ ਹੋ ਸਵਾਲ ਪੁੱਛਣੇ ਤੁਹਾਡੇ ਲੋਕੀ ਸਾਡੇ ਕੋਲ ਡਰ ਗਏ ਨੇ ਕੀ ਕੀ ਹਾਲ ਹੈ ਬਿਲਕੁਲ ਠੀਕ ਠਾਕ ਤੁਸੀਂ ਇੱਥੇ ਕੀ ਕਰ
ਇੱਥੇ ਜੋ ਤੁਸੀਂ ਕਰਨ ਆਏ ਹੋ ਮੈਂ ਤਾਂ ਇੰਟਰਵਿਊ ਲੈ ਰਹੀ ਹਾਂ ਤੁਸੀਂ ਵੀ ਇੰਟਰਵਿਊ ਲੈ ਹਾਂ ਮੈਂ ਤੁਹਾਨੂੰ ਦੇਣ ਆਈ ਹਾਂ ਇੰਟਰਵਿਊ ਨਾਜ਼ਰੀਨ ਸਾਨੂੰ ਸਪੈਸ਼ਲ ਇੰਟਰਵਿਊ ਦੇਣ ਆਈ ਹੈ ਅੱਛਾ ਤੁਹਾਡੇ ਕੋਲ ਇੱਕ ਸਵਾਲ ਪੁੱਛਣਾ ਹੈ ਤੁਸੀਂ ਦੱਸੋਗੇ ਕਿਉਂ ਪੁੱਛਣਾ ਸਾਰਿਆਂ ਕੋਲ ਪੁੱਛਿਆ ਤੁਹਾਡੇ ਕੋਲ ਵੀ ਪੁੱਛਣਾ ਕਿਹੜੀ ਜਗ੍ਹਾ ਜਿੱਥੇ ਤੁਹਾਡੇ ਇਲਾਵਾ ਸਾਰੇ ਬਹਿ ਸਕਦੇ ਨੇ ਤੁਹਾਡਾ ਘਰ ਨਹੀਂ ਮੇਰਾ ਘਰ ਕਿਉਂ ਮੇਰੇ ਘਰ 'ਚ ਕੀ ਮੈਂ ਲੰਗਰ ਖੋਲਿਆ ਹੋਇਆ ਨਹੀਂ ਤੁਸੀਂ ਵੜਨ ਨਹੀਂ ਦੋਗੇ ਨਾ ਮੈਂ ਉੱਥੇ ਨਹੀਂ ਬਹਿ ਸਕਦੀ ਗੱਲ ਤਾਂ ਤੁਹਾਡੀ ਸਹੀ ਹੈ ਪਰ ਐਂ ਦਾ ਜਵਾਬ ਨਹੀਂ ਹੈਗਾ ਕੋਈ ਹੋਰ ਚਲੋ ਇਹ ਗੰਦੀ ਗੱਲ ਦੱਸ ਦਿਓ ਜਿਹੜੀ ਤੁਹਾਡੇ ਜ਼ਹਿਨ 'ਚ ਫਟਾਫਟ ਆ ਰਹੀ ਹੈ ਯਾਰ ਤੂੰ ਸਾਹਮਣੇ ਖਲੋਤੀ ਗੰਦੀ ਐਸ ਤੋਂ ਹੋਰ ਕੀ ਆਵੇ ਤੁਸੀਂ ਮੈਨੂੰ ਗੰਦੀ ਕਹਿ ਰਹੇ ਹੋ ਤੇ ਮੈਂ ਤੈਨੂੰ ਚੰਗੀ ਕਦੋਂ ਕਿਹਾ ਆਪਣਾ ਮੂੰਹ ਵੇਖਿਆ ਤੁਸੀਂ ਜਿਵੇਂ ਫਰਾਈ ਕੀਤਾ ਹੋਇਆ ਕੱਦੂ ਹੁੰਦਾ ਆਪਣਾ ਮੂੰਹ ਵੇਖਿਆ ਇੰਚ ਫੜੀ ਸੇ ਚਪੇੜ ਮਾਰ ਕੇ ਉਹ ਹੋਇਆ ਕੀ ਹੋ ਗਿਆ ਆਪਣਾ ਮੂੰਹ ਵੇਖੋ ਜਿਵੇਂ ਪਗਾਨੇ 'ਚ ਹਵਾ ਭਰੀ ਹੁੰਦੀ ਚੀਂ ਚੀਂ ਦੀ ਆਵਾਜ਼ ਆਉਂਦੀ ਮੈਂ ਠੀਕ ਤੂੰ ਸੁਣਾ ਮੈਂ ਬਿਲਕੁਲ ਫਿੱਟ ਫਾੜ ਵਾ ਤੇਰਾ ਹੀ ਖਿਆਲ ਹੈ ਮੈਂ ਤੇਰੀ ਅੰਮੀ ਲੱਗਦੀ ਹਾਂ ਮੇਰਾ ਖਿਆਲ ਰੱਖੀ ਫਿਰਨਾ ਮੇਰੀ ਅੰਮੀ ਹੈਗੀ ਤੂੰ ਮੇਰੀ ਕੁਛ ਹੋਰ ਲੱਗਣੀ ਹੈ ਕੀ ਮੈਂ ਤੇਰੀ ਲੱਗਣੀ ਹਾਂ ਕੀ ਲੱਗਣੀ ਲੱਗਣੀ ਤੂੰ ਮੇਰੀ ਦਾਦੀ ਕੀ ਤੇਰਾ ਪੈਨਸਲ ਵਰਗਾ ਮੂੰਹ ਹੈ ਕੋਈ ਗੱਲ ਤਾਂ ਚੱਜ ਦੀ ਕਰ ਤੈਨੂੰ ਕਿਹਨੇ ਦੱਸਿਆ ਮੇਰਾ ਪੈਨਸਲ ਵਰਗਾ ਮੂੰਹ ਇਹ ਮਤਲਬ ਮੈਂ ਸੱਚ ਕਹਿਤਾ ਖੂਬਸੂਰਤ ਹੈ ਮਾਸ਼ਾ ਅੱਲਾ ਮਾਸ਼ਾ ਅੱਲਾ ਕਿੰਨੀ ਵੱਡੀ ਗਲਤ ਫਹਿਮੀ ਤੁਹਾਨੂੰ ਪੈਦਾ ਕੀਤੀ ਹੋਈ ਕਿੰਨੇ ਪੈਦਾ ਕੀਤੀ ਹੋਈ ਕਿੰਨੇ ਕਿਹਾ ਤੁਹਾਡਾ ਘਰ ਤੂੰ ਬੜਾ ਇੱਥੇ ਚੰਨ ਟੁੱਟਿਆ ਲੈ ਚੰਨ ਤਾਂ ਟੁੱਟਾ ਇਹ ਵੇਖੋ ਨਾਜ਼ਰੀਨ ਜਿਵੇਂ ਗਟਰ 'ਚ ਵਾਂਸ ਮਾਰਿਆ ਹੁੰਦਾ ਇਹ ਕਬਰਸਤਾਨ ਜਾਂਦੀ ਏ ਤੇ ਮੁਰਦੇ ਦੀ ਉਂਗਲ ਬਾਹਰ ਹੋਈ ਹੁੰਦੀ ਤੇ ਉਹਨੂੰ ਕਹਿੰਦੀ ਏ ਉਂਗਲ ਫੜ ਕੇ ਆ ਚੀਜ਼ੀ ਲੈਣ ਚੱਲੀਏ ਕੂੜਾ ਚੁੱਕ ਰਿਹਾ ਹੁੰਦਾ ਤੇ ਪਿੱਛੇ ਲਿਖਾਇਆ ਹੁੰਦਾ ਇਸ ਤੋਂ ਇਲਾਵਾ ਸਾਡੀ ਦੂਸਰੀ ਬ੍ਰਾਂਚ ਵੀ ਹੈ ਮੈਨੂੰ ਮਾੜੋ ਮੈਨੂੰ ਮਾੜੋ ਮੈਨੂੰ ਮਾੜੋ ਤੈਨੂੰ ਮਾਰਦਾ ਹੀ ਬੰਦਾ ਤੂੰ ਹੈ ਹੀ ਚਵਲ ਹਾਂ ਹੱਥ ਲਾ ਲੈਂਦੀ ਤੇ ਸਾੜੀ ਜਾਂਦਾ ਮੈਂ ਤਾਂ ਤੈਨੂੰ ਪਤਾ ਨਹੀਂ ਬਰਦਾਸ਼ਤ ਕਿਵੇਂ ਕਰ ਰਹੀ ਨੀ ਬੋ ਆ ਰਹੀ ਤੇਰੇ ਕੋਲ ਹੋਏ 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 ਤੁਸੀਂ ਵੇਖ ਰਹੇ ਹੋ 50 ਟੀਵੀ ਮੇਰਾ ਸ਼ੋਅ ਤੁਹਾਨੂੰ ਕਿੱਦਾਂ ਦਾ ਲੱਗਾ ਜੀ ਨਾਜ਼ਰੀਨ ਤੁਸੀਂ ਵੇਖਿਆ ਮੇਰਾ ਸ਼ੋਅ ਤੁਹਾਨੂੰ ਕਿੱਦਾਂ ਦਾ ਲੱਗਿਆ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਉਮੀਦ ਹੈ ਤੁਹਾਨੂੰ ਪਸੰਦ ਆਇਆ ਹੋਣਾ ਬਾਕੀ ਮੇਰੀ ਮਿਹਨਤ ਤਾਂ ਜਾਰੀ ਹੈ ਤੁਹਾਨੂੰ ਐਂਟਰਟੇਨ ਕਰਨ ਦੀ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਜ਼ਰੂਰ ਦਬਾਇਓ ਦਬਾਇਓ ਅਸਲਾਮ ਵਾਲੇਕੁਮ ਨਾਜ਼ਰੀਨ ਮੇਰੇ ਸਾਥ ਅੱਜ ਮੌਜੂਦ ਹੈ ਮਾਨੋ ਬਿੱਲੀ ਜੋ 50 ਟੀਵੀ ਪੇ ਔਰ SN ਨਿਊਜ਼ ਪੇ ਵੀ ਇਹ ਕੰਮ ਕਰਤੀ ਹੈ ਔਰ ਇਨਕੇ ਪ੍ਰੋਗਰਾਮਸ ਬਹੁਤ ਅੱਛੇ ਹੈ ਆਪ 50 ਟੀਵੀ ਪੇ ਜਾਏ ਔਰ ਇਨਕਾ ਦੇਖੇ ਪ੍ਰੋਗਰਾਮ ਬਹੁਤ ਲਾਈਕ ਕਰੇ ਸ਼ੇਅਰ ਕਰੇ ਔਰ ਫੋਲੋ ਕਰੇ ਚਲੋ ਇੰਨੇ ਆਦੀ ਦਾਈ ਲਾ ਲਓ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤੇ ਬੈਲ ਆਈਕਨ ਨੂੰ ਜ਼ਰੂਰ ਦਬਾਓ ਤੇ ਆਪਣੀ ਹੋਸਟ ਨੂੰ ਆਪਣੀ ਦੁਆਵਾਂ 'ਚ ਯਾਦ ਰੱਖੋ ਅੱਲਾ ਹਾਫਿਜ਼ ਮੇਰੇ ਖਿਆਲ 'ਚ ਮੀਰਾ ਕਾ ਬੈਡਰੂਮ ਹੈ ਪਸੰਦ ਹੈ ਨਾ ਇਸ ਲਈ ਵਹਾਂ ਮੈਂ ਨਹੀਂ ਜਾ ਸਕਤਾ ਵੋ ਬਾਕੀ ਸਭ ਕੋ ਬੁਲਾਤੀ ਹੈ ਇੰਟਰਵਿਊ ਕੇ ਲੀਏ ਪਬਲਿਕ ਕੋ ਕਿਉਂ ਨਹੀਂ ਬੁਲਾਤੀ ਤੁਹਾਨੂੰ ਲੱਗਦਾ ਬਹੁਤ ਸ਼ੌਕ ਹੈ ਉਹਦੇ ਬੈਡਰੂਮ 'ਚ ਜਾਣ ਦਾ ਬਹੁਤ ਜ਼ਿਆਦਾ ਕ੍ਰਸ਼ ਹੈ ਨਾ ਮੇਰਾ ਤੋ ਫੇਵਰੇਟ ਹੈ ਮੇਰੀ ਬਚਪਨ ਸੇ ਬੇਟਾ ਉੱਥੇ ਜਾਏਗਾ ਤੇ ਗੋਲੀ ਵੱਜਣੀ ਨਹੀਂ ਮੈਂ ਦੇਖ ਕੇ ਮਰ ਜਾਊਂਗਾ ਕਾਫੀ ਹੈਲਦੀ ਹੈ ਨਾ ਵੋ ਤੇ ਜਦੋਂ ਮਰੇ ਤੇ ਮੈਨੂੰ ਦੱਸ ਦੇ ਮੈਂ ਤੈਨੂੰ ਦਫਨਾ ਦੇਵਾਂਗੀ ਨਹੀਂ ਮੈਂ ਦਫਨ ਹੋਣਾ ਵੀ ਉਸੇ ਕੇ ਹੱਥੋਂ ਸੇ ਚਾਹੂੰਗਾ ਇੰਨਾ ਫਿਲ ਵੀ ਬੰਦਾ ਮਿਲ ਗਿਆ ਸਾਨੂੰ ਅੱਜ ਯਕਦਮ ਹੀ ਬਿਲਕੁਲ ਯਕਦਮ